ਸ੍ਰੀ ਅਕਾਲ ਜੀ ਬੋਲੀ ਸਾਡਾ ਤਾਂ ਕੋਈ ਹੱਲ ਨਹੀਂ ਜੀ ਸਗੋਂ ਰੋਟੀ ਪਾਣੀ ਦਾ ਕੋਈ ਨਹੀਂ ਗੁਜ਼ਾਰਾ ਨਹੀਂ ਹੈਗਾ ਨਾ ਕੋਈ ਭੁੱਖ ਕੱਟਣ ਡਏ ਅਤੇ ਨਾ ਕੋਈ ਘਰ 'ਚ ਹੁਣ ਤਾਂ ਕੰਮ ਵੀ ਬੰਦ ਹੋ ਗਏ ਸਾਰੇ ਅਤੇ ਹੁਣ ਨਹੀਂ ਜੇ ਸਾਡਾ ਕੋਈ ਮਸਲਾ ਹੱਲ ਅਤੇ ਹੁਣ ਤਾਂ ਸਾਨੂੰ ਕੋਈ ਮਿਹਰਬਾਨੀ ਜ਼ਰੂਰੀ ਕਰੋ ਸਾਡੇ 'ਤੇ ਭੁੱਖ ਬਹੁਤ ਜ਼ਿਆਦਾ ਪੈ ਗਈ ਹੁਣ ਕੋਈ ਸਾਧਨ ਨਹੀਂ ਰੋਟੀ ਦਾ ਨਾ ਕੋਈ ਕੰਮ ਨਾ ਕਾਰ ਤੁਹਾਡੇ ਮਹੱਲੇ ਦਾ ਸਿੱਧੂ ਆ ਐਮਐਲਏ ਉਹਨੇ ਕੁਛ ਆਣ ਕੇ ਬਾਤ ਪੁੱਛੀ ਤੁਹਾਡੀ ਨਾ ਨਾ ਸਾਡੀ ਬਾਤ ਨਹੀਂ ਪੁੱਛੀ ਕਦੀ ਵੀ ਨਹੀਂ ਪੁੱਛੀ ਆਣ ਕੇ ਹਜੇ ਤੱਕ ਉਦੋਂ ਆਉਂਦੇ ਸੀ ਜਦੋਂ ਲੋੜ ਸੀ ਹੁਣ ਕੋਈ ਨਹੀਂ ਆਉਂਦਾ ਸਾਡੇ ਕੋਲ ਹੁਣ ਤਾਂ ਸਾਨੂੰ ਕਿਤੇ ਐਂ ਹੋ ਗਿਆ ਜਿਸ ਤਰ੍ਹਾਂ ਕਦੇ ਨਾ ਕੋਈ ਆਟਾ ਨਾ ਦਾਲ ਨਾ ਕਣਕ ਕੁਛ ਨਹੀਂ ਮਿਲਦਾ ਹੁਣ ਇਸ ਵੇਲੇ ਤੁਹਾਡੇ ਘਰ ਕੋਈ ਹੈਗਾ ਪਕਾਉਣ ਵਾਸਤੇ ਰਸਣ ਨਾ ਅਸੀਂ ਤਾਂ ਆਟੇ ਨੂੰ ਵੀ ਤਰਸਦੇ ਹੁਣ ਤਾਂ ਲਿਆ ਲਿਆ ਕਿ ਅੱਧਾ ਅੱਧਾ ਕਿਲੋ ਤਾਂ ਫਿਰ ਪਕਾਈਦਾ ਕੁਛ ਨਹੀਂ ਜੇ ਹਾਲ ਹੁਣ ਤਾਂ ਉਹ ਵੀ ਨਹੀਂ ਹੱਟੀਆਂ 'ਚ ਉਧਾਰ ਵੀ ਨਹੀਂ ਕੋਈ ਦੇਣ ਡਿਆ ਉਹ ਵੀ ਹੁਣ ਖਤਮ ਹੋ ਗਿਆ ਕੰਮ ਤੇ ਤੁਸੀਂ ਕੀ ਚਾਹੁੰਦੇ ਕੀ ਮਦਦ ਕੀਤੀ ਜਾਵੇ ਤੁਹਾਡੀ ਹੁਣ ਸਾਡੀ ਮਦਦ ਕਰਨਗੇ ਹੁਣ ਜਿਸ ਤਰ੍ਹਾਂ ਵੀ ਹੋ ਸਕਦੇ ਹੁਣ ਤਾਂ ਘਰ ਬਹਿ ਗਏ ਸਾਰੇ ਮਜ਼ਦੂਰ ਘਰ ਬਹਿ ਗਏ ਕੋਈ ਆਟੇ ਦਾ ਹੱਲ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਜੀ ਸਾਡਾ ਕੋਈ ਹੱਲ ਤੇ ਯਾਰੋ ਤੁਸੀਂ ਕੰਮ 'ਤੇ ਬਾਹਰ ਜਾਂਦੇ ਜੋ ਤਾਂ ਪੁਲਿਸ ਕਿੱਦਾਂ ਹੁੰਦੀ ਆ ਪੁਲਿਸ ਰੋਕਦੇ ਡੰਡੇ ਮਾਰਦੇ ਅੱਗੋਂ ਨਹੀਂ ਕੋਈ ਕੰਮ ਲੱਭਣ ਡਿਆ ਤੇ ਹੁਣ ਇੰਨੇ ਇੰਨੇ ਦਿਨ ਘਰ ਕਿਤੇ ਬਹਿ ਕੇ ਤੇ ਕਿੱਥੋਂ ਖਾਣਾ ਕੀ ਖਾਣਾ ਇਹ ਗੱਲ ਜੀ ਸਾਡੀ ਦੇਖੋ ਕੀ ਕਰੀਏ ਅਸੀਂ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਸਾਡੇ ਘਰ ਥੋੜਾ ਬਹੁਤ ਰਾਸ਼ਨ ਭੇਜਣ ਰਾਸ਼ਨ ਪਾਣੀ ਸਾਰਾ ਖਰਚਾ ਮੁੱਕ ਚੁੱਕਾ ਹਾਂ ਖਰਚਾ ਸਾਰਾ ਮੁੱਕ ਚੁੱਕਾ ਕੀ ਕਰੀਏ ਕਿਹਦੇ ਗਾੜੀ ਹੱਥ ਡਾਈਏ ਗਵਾਂਢੀਆਂ ਘਰ ਜਾਈਦਾ ਤੇ ਉਹਨਾਂ ਕੌਲੀ ਦਿੱਤੀ ਚੌਲਾਂ ਦੀ ਉਹ ਬਣਾ ਕੇ ਖਾ ਲਈ ਹੈ ਤੇ ਅੱਜ ਬੈਠੇ ਅੱਜ ਕੀ ਕਰੀਏ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੀ ਕੋਈ ਮਦਦ ਕਰੇ ਸਰਕਾਰ ਗਾੜੀ ਬੇਨਤੀ ਹੈ ਕਿ ਸਾਡੀ ਕੋਈ ਮਦਦ ਕਰੇ ਸਰਕਾਰ ਗਾੜੀ ਬੇਨਤੀ ਆ ਵੀ ਸਾਡੀ ਵੀ ਮਦਦ ਕਰਨ ਸਾਰੇ ਕਮਰੇ ਦੀ ਫਿਲਮ ਬਣਾ ਲੈਂ ਕਰਕੇ ਕੋਈ ਗਰੀਬ ਚਲ ਸਤਿ ਸ਼੍ਰੀ ਅਕਾਲ ਜੀ ਮੈਂ ਅੰਮ੍ਰਿਤਸਰ ਪਿੰਡ ਮੂਜਲ ਬਟਾਲਾ ਰੋਡ ਦੇ ਰਹਿਣ ਵਾਲਾ ਮੈਂ ਮਜ਼ਦੂਰ ਬੰਦਾ ਮੈਨੂੰ 5-6 ਦਿਨ ਹੋ ਗਏ ਘਰ ਰਹਿੰਦੇ ਆ ਮੇਰਾ ਘਰ ਦਾ ਖਰਚਾ ਵਰਚਾ ਸਾਰਾ ਕੁਛ ਮੁੱਕ ਚੁੱਕਾ ਮੈਂ 2 ਦਿਨ ਕਿਸੇ ਗਵਾਂਢੀ ਕੋਲੋਂ ਲੈ ਕੇ ਆਪਣਾ ਟਾਈਮ ਪਾਸ ਆਪਣੇ ਬੱਚਿਆਂ ਨੂੰ ਰੋਟੀ ਖਵਾਈ ਆ ਅਤੇ ਮੇਰੀ ਸਰਕਾਰ ਅੱਗੇ ਦਰਖਾਸਤ ਆ ਕਿ ਇਹਨਾਂ ਗਰੀਬ ਬੰਦਿਆਂ ਦੇ ਰੋਟੀ ਦਾ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਬਹੁਤ ਬੜੀ ਮਿਹਰਬਾਨੀ ਬਹੁਤ ਹੀ ਹਾਲਾਤ ਮਾੜੇ ਹੋ ਗਏ ਆ ਜੇ ਅਸੀਂ ਬਾਹਰ ਨਿਕਲਦੇ ਹਾਂ ਤਾਂ ਪੁਲਿਸ ਸਾਨੂੰ ਮਾਰਦੀ ਆ ਪੁਲਿਸ ਸਾਨੂੰ ਕੰਮ 'ਤੇ ਵੀ ਨਹੀਂ ਜਾਣ ਦਿੰਦੀ ਅਸੀਂ ਅੰਦਰੇ ਹੀ ਕੈਦ ਹੋਏ ਪਏ ਹਾਂ ਅਤੇ ਸਰਕਾਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਗਰੀਬਾਂ ਦੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਮਤਲਬ ਵੀ ਅਸੀਂ 5-6 ਦਿਨਾਂ ਤੋਂ ਵਿਹਲੇ ਹਾਂ ਖਰਚ ਪੱਠਾ ਸਾਡੇ ਕੋਲ ਹੈ ਨਹੀਂ ਗਾ ਤਾਂ ਸਾਡੀ ਕੋਈ ਬਾਤ ਨਹੀਂ ਪੁੱਛਣ ਡਿਆ ਹਾਂਜੀ ਜੇ ਬਾਹਰ ਅੰਦਰ ਜਾਂਦੇ ਹਾਂ ਤਾਂ ਪੁਲਿਸ ਨੂੰ ਉੱਥੇ ਸਾਡੇ ਪੈਰ ਲੱਗਣ ਦੇਣ ਡਈ ਮਹਾਰਾਜ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਦੁੱਧ ਤੋਂ ਵੀ ਆਟੇ ਤੋਂ ਵੀ ਬੈਠੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਵੀ ਅਰਜ਼ ਗਰੀਬਾਂ ਦੀ ਸੁਣੋ